तो अपने ब्रैम्पटन ਦੇ ਵਿੱਚ ਭਰਵੇਂ ਕੁਲਚੇ ਜਾਂ ਸਟਫਡ ਕੁਲਚਾ ਕਹਿੰਦੇ ਬਹੁਤ ਜਗ੍ਹਾ ਮਿਲਦੇ ਨੇ ਤੇ ਮੈਂ ਬਹੁਤ ਜਗ੍ਹਾ ਟੇਸਟ ਵੀ ਕਰਦਾ ਰਹਿਣਾ ਪਰ ਜੋ ਸਭ ਤੋਂ ਜ਼ਿਆਦਾ ਟੇਸਟ ਮੈਨੂੰ ਆਉਂਦਾ ਉਹ ਹੈ ਇਹਨਾਂ ਸਿੰਘਾਂ ਦੇ ਫੂਡ ਟਰੱਕ ਤੇ ਆ ਕੇ ਬਿਕੋਜ਼ ਪਿਓਰ ਵੈਜ ਹੈ ਐਂਡ ਕੰਜੂਸੀ ਨਹੀਂ ਕਰਦੇ ਸਮਾਨ ਪੂਰਾ ਭਰ ਭਰ ਕੇ ਦੇਣਗੇ ਪ੍ਰਾਈਸ ਹੈ ਸਿਰਫ $6.50 ਆ ਹੈ ਉਹ ਸਟਫਡ ਕੁਲਚਾ ਤੇ ਦੋ ਬੰਦੇ ਆਰਾਮ ਨਾਲ ਹਾਫ ਕਰਕੇ ਖਾਓ ਤੁਹਾਡਾ ਦਿਨ ਬਣ ਜਾਏਗਾ ਐਂਡ ਉੱਤੇ ਪਨੀਰ ਪਾਇਆ ਹੋਇਆ ਹੈ ਸਟਫਿੰਗ ਫੁੱਲ ਕੀਤੀ ਹੋਈ ਹੈ ਐਡਰੈਸ ਹੈ 72 ਅਰੰਡਾ ਰੋਡ ਆ ਜਾਓ ਜਰਾ ਟੇਸਟ ਕਰੀਏ ਬਰਗਰ ਐਡਾ ਭਾਰਾ ਸੀ ਅੱਧਾ ਕਿਲੋ ਦਾ ਤੇ ਉਹ ਖਾਦਾ ਹੀ ਨਹੀਂ ਜਾ ਰਿਹਾ ਐਡਾ ਹੈਵੀ ਹੈ ਰਲ ਮਿਲ ਕੇ ਖਾਣਾ ਪਏਗਾ ਸੋ ਆ ਜਾਓ ਜਰਾ ਦੇਸੀ ਘਿਓ ਦਾ ਟੇਸਟ ਆਉਂਦਾ ਬਿਕੋਜ਼ ਉਹਦੇ ਵਿੱਚ ਰੋਸਟ ਕੀਤਾ ਹੋਇਆ ਪਨੀਰ ਬਹੁਤ ਟੇਸਟੀ ਹੈ ਸਟਫਿੰਗ ਪੂਰੀ ਬਹੁਤ ਵਧੀਆ ਆ ਪਨੀਰ ਦਾ ਬਹੁਤ ਉੱਤੇ ਟੇਸਟ ਆਉਂਦਾ ਸੋ ਜ਼ਰੂਰ ਟਰਾਈ ਕਰਨਾ ਸਪਾਈਡਰ ਹੋਲਸੇਲ ਦੇ ਓਪੋਜ਼ਿਟ ਕੈਨੇਡੀ ਐਂਡ ਓਰੈਂਡਾ ਦੀ ਇੰਟਰਸੈਕਸ਼ਨ 'ਤੇ ਔਰੇਂਜ ਕਲਰ ਦਾ ਫੂਡ ਟਰੱਕ ਖੜ੍ਹਾ ਹੋਰ ਵੀ ਫੂਡ ਟਰੱਕਸ ਆ ਰਹੇ ਨੇ ਇਸ ਏਰੀਏ ਵਿੱਚ ਸੋ ਆ ਕੇ ਜ਼ਰੂਰ ਟੇਸਟ ਕਰੋ ਆਪਣੇ ਲੌਂਗ ਵੀਕਐਂਡ 'ਤੇ ਆਹ ਵਾਲਾ ਬਨ ਛੋਲੇ ਮਸਟ ਟਰਾਈ ਹੈ